ਜਿੰਨਾ ਮਰਜ਼ੀ ਕੋਈ ਡਰਾ ਲਵੇ, ਧਮਕਾ ਲਵੇ, ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ, ਜਿੰਨੇ ਵੀ ਆਗੂ ਸਾਹਿਬਾਨ ਨੇ, ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ, ਹੋਰ ਸਾਰੀ ਟੀਮ ਹੈ ਜਿਹੜੀ, ਉਹ ਕੋਈ ਨਹੀਂ, ਕਿਸੇ ਨੇ ਨਹੀਂ ਡਰਨਾ। ਚਾਹੇ ਜਿਵੇਂ ਪਹਿਲਾਂ ਸਿਸੋਦੀਆ ਜੀ ਨੂੰ ਅੰਦਰ ਡੱਕਿਆ ਹੋਇਆ, ਸੰਜੇ ਸਿੰਘ ਤੇ ਬਹੁਤ ਕੁਛ ਕਰਦੇ ਰਹੇ ਨੇ, ਜੈਨ ਸਾਹਿਬ ਹੋ ਗਏ, ਹੋਰ ਜਿੰਨਾ ਮਰਜ਼ੀ ਨੂੰ ਅੰਦਰ ਡੱਕ ਲੈਣ, ਇਹ ਜਿਹੜੇ ਨੱਕੇ ਨਹੀਂ ਲੱਗਣੇ। ਆਮ ਆਦਮੀ ਪਾਰਟੀ ਨੇ ਅੱਗੇ ਵਧਣੇ ਵਧਣਾ, ਔਰ ਲੋਕਾਂ ਦੇ ਹੱਕਾਂ ਵਾਸਤੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਹੱਕਾਂ ਵਾਸਤੇ ਕੰਮ ਕਰਦੇ ਰਹਿਣਾ, ਹਰ ਹਾਲ ਚ ਕਰਦੇ ਰਹਿਣਾ। ਪਰ ਕੇਂਦਰ ਨੂੰ ਆਪਣਾ ਜਿਹੜਾ ਇਹ ਡਿਕਟੇਟਰਸ਼ਿਪ ਹੈ, ਮੋਦੀ ਸਾਹਿਬ ਜਿਹੜੀ ਡਿਕਟੇਟਰਸ਼ਿਪ ਕਰ ਰਹੇ ਨੇ, ਜਿਹੜਾ ਤਾਨਾਸ਼ਾਹੀ ਰਵੱਈਆ ਜਿਹੜਾ ਅਪਣਾ ਰੱਖਿਆ, ਉਹ ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਉਹ ਕਿਵੇਂ, ਦੇਖੋ ਛੋਟੀਆਂ ਜਿਹੜੀਆਂ ਸਟੇਟਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਕਿਵੇਂ ਖਾ ਰਹੇ ਨੇ, ਜਿਵੇਂ ਇੱਕ ਵੱਡੀ ਮੱਛੀ ਆ ਜਿਹੜੀ, ਉਹ ਜਿਵੇਂ ਸੱਪਣੀ ਆ ਉਹ ਆਪਦੇ ਬੱਚਿਆਂ ਨੂੰ ਖਾਂਦੀ ਆ, ਉਸੇ ਹਿਸਾਬ ਨਾਲ ਜਿਹੜੀ ਬੀਜੇਪੀ ਆ ਉਹ ਦੇਸ਼ ਦੇ ਵਿੱਚ ਜਿਹੜੀ ਕੰਮ ਕਰ ਰਹੀ ਆ, ਜਿਸ ਦੇ ਨਾਲ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਬੀਜੇਪੀ ਦੀ ਸਰਕਾਰ ਤੋਂ ਉੱਠ ਚੁੱਕਿਆ, ਕਿਉਂਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਉਹ ਦਬਾਉਣ ਦੀ ਹਰ ਇੱਕ ਕੋਸ਼ਿਸ਼ ਹੈ ਜਿਹੜੀ ਕਰ ਰਹੇ ਨੇ। ਪਰ ਜਿੰਨਾ ਮਰਜ਼ੀ ਕੋਈ ਡਰਾ ਲਵੇ, ਧਮਕਾ ਲਵੇ, ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ, ਜਿੰਨੇ ਵੀ ਆਗੂ ਸਾਹਿਬਾਨ ਨੇ, ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ, ਹੋਰ ਸਾਰੀ ਟੀਮ ਹੈ ਜਿਹੜੀ, ਉਹ ਕੋਈ ਨਹੀਂ, ਕਿਸੇ ਨੇ ਨਹੀਂ ਡਰਨਾ। ਚਾਹੇ ਜਿਵੇਂ ਪਹਿਲਾਂ ਸਿਸੋਦੀਆ ਜੀ ਨੂੰ ਅੰਦਰ ਡੱਕਿਆ ਹੋਇਆ, ਸੰਜੇ ਸਿੰਘ ਤੇ ਬਹੁਤ ਕੁਛ ਕਰਦੇ ਰਹੇ ਨੇ, ਜੈਨ ਸਾਹਿਬ ਹੋ ਗਏ, ਹੋਰ ਜਿੰਨਾ ਮਰਜ਼ੀ ਨੂੰ ਅੰਦਰ ਡੱਕ ਲੈਣ, ਇਹ ਜਿਹੜੇ ਨੱਕੇ ਨਹੀਂ ਲੱਗਣੇ। ਆਮ ਆਦਮੀ ਪਾਰਟੀ ਨੇ ਅੱਗੇ ਵਧਣੇ ਵਧਣਾ, ਔਰ ਲੋਕਾਂ ਦੇ ਹੱਕਾਂ ਵਾਸਤੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਹੱਕਾਂ ਵਾਸਤੇ ਕੰਮ ਕਰਦੇ ਰਹਿਣਾ, ਹਰ ਹਾਲ ਚ ਕਰਦੇ ਰਹਿਣਾ। ਪਰ ਕੇਂਦਰ ਨੂੰ ਆਪਣਾ ਜਿਹੜਾ ਇਹ ਡਿਕਟੇਟਰਸ਼ਿਪ ਹੈ, ਮੋਦੀ ਸਾਹਿਬ ਜਿਹੜੀ ਡਿਕਟੇਟਰਸ਼ਿਪ ਕਰ ਰਹੇ ਨੇ, ਜਿਹੜਾ ਤਾਨਾਸ਼ਾਹੀ ਰਵੱਈਆ ਜਿਹੜਾ ਅਪਣਾ ਰੱਖਿਆ, ਉਹ ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਉਹ ਕਿਵੇਂ, ਦੇਖੋ ਛੋਟੀਆਂ ਜਿਹੜੀਆਂ ਸਟੇਟਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਕਿਵੇਂ ਖਾ ਰਹੇ ਨੇ, ਜਿਵੇਂ ਇੱਕ ਵੱਡੀ ਮੱਛੀ ਆ ਜਿਹੜੀ, ਉਹ ਜਿਵੇਂ ਸੱਪਣੀ ਆ ਉਹ ਆਪਦੇ ਬੱਚਿਆਂ ਨੂੰ ਖਾਂਦੀ ਆ, ਉਸੇ ਹਿਸਾਬ ਨਾਲ ਜਿਹੜੀ ਬੀਜੇਪੀ ਆ ਉਹ ਦੇਸ਼ ਦੇ ਵਿੱਚ ਜਿਹੜੀ ਕੰਮ ਕਰ ਰਹੀ ਆ, ਜਿਸ ਦੇ ਨਾਲ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਬੀਜੇਪੀ ਦੀ ਸਰਕਾਰ ਤੋਂ ਉੱਠ ਚੁੱਕਿਆ, ਕਿਉਂਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਉਹ ਦਬਾਉਣ ਦੀ ਹਰ ਇੱਕ ਕੋਸ਼ਿਸ਼ ਹੈ ਜਿਹੜੀ ਕਰ ਰਹੇ ਨੇ। ਪਰ ਜਿੰਨਾ ਮਰਜ਼ੀ ਕੋਈ ਡਰਾ ਲਵੇ, ਧਮਕਾ ਲਵੇ, ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ, ਜਿੰਨੇ ਵੀ ਆਗੂ ਸਾਹਿਬਾਨ ਨੇ, ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ, ਹੋਰ ਸਾਰੀ ਟੀਮ ਹੈ ਜਿਹੜੀ, ਉਹ ਕੋਈ ਨਹੀਂ, ਕਿਸੇ ਨੇ ਨਹੀਂ ਡਰਨਾ। ਚਾਹੇ ਜਿਵੇਂ ਪਹਿਲਾਂ ਸਿਸੋਦੀਆ ਜੀ ਨੂੰ ਅੰਦਰ ਡੱਕਿਆ ਹੋਇਆ, ਸੰਜੇ ਸਿੰਘ ਤੇ ਬਹੁਤ ਕੁਛ ਕਰਦੇ ਰਹੇ ਨੇ, ਜੈਨ ਸਾਹਿਬ ਹੋ ਗਏ, ਹੋਰ ਜਿੰਨਾ ਮਰਜ਼ੀ ਨੂੰ ਅੰਦਰ ਡੱਕ ਲੈਣ, ਇਹ ਜਿਹੜੇ ਨੱਕੇ ਨਹੀਂ ਲੱਗਣੇ। ਆਮ ਆਦਮੀ ਪਾਰਟੀ ਨੇ ਅੱਗੇ ਵਧਣੇ ਵਧਣਾ, ਔਰ ਲੋਕਾਂ ਦੇ ਹੱਕਾਂ ਵਾਸਤੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਹੱਕਾਂ ਵਾਸਤੇ ਕੰਮ ਕਰਦੇ ਰਹਿਣਾ, ਹਰ ਹਾਲ ਚ ਕਰਦੇ ਰਹਿਣਾ। ਪਰ ਕੇਂਦਰ ਨੂੰ ਆਪਣਾ ਜਿਹੜਾ ਇਹ ਡਿਕਟੇਟਰਸ਼ਿਪ ਹੈ, ਮੋਦੀ ਸਾਹਿਬ ਜਿਹੜੀ ਡਿਕਟੇਟਰਸ਼ਿਪ ਕਰ ਰਹੇ ਨੇ, ਜਿਹੜਾ ਤਾਨਾਸ਼ਾਹੀ ਰਵੱਈਆ ਜਿਹੜਾ ਅਪਣਾ ਰੱਖਿਆ, ਉਹ ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਉਹ ਕਿਵੇਂ, ਦੇਖੋ ਛੋਟੀਆਂ ਜਿਹੜੀਆਂ ਸਟੇਟਾਂ ਦੀਆਂ ਪਾਰਟੀਆਂ ਨੇ, ਉਹਨਾਂ ਨੂੰ ਕਿਵੇਂ ਖਾ ਰਹੇ ਨੇ, ਜਿਵੇਂ ਇੱਕ ਵੱਡੀ ਮੱਛੀ ਆ ਜਿਹੜੀ, ਉਹ ਜਿਵੇਂ ਸੱਪਣੀ ਆ ਉਹ ਆਪਦੇ ਬੱਚਿਆਂ ਨੂੰ ਖਾਂਦੀ ਆ, ਉਸੇ ਹਿਸਾਬ ਨਾਲ ਜਿਹੜੀ ਬੀਜੇਪੀ ਆ ਉਹ ਦੇਸ਼ ਦੇ ਵਿੱਚ ਜਿਹੜੀ ਕੰਮ ਕਰ ਰਹੀ ਆ, ਜਿਸ ਦੇ ਨਾਲ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਬੀਜੇਪੀ ਦੀ ਸਰਕਾਰ ਤੋਂ ਉੱਠ ਚੁੱਕਿਆ, ਕਿਉਂਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਉਹ ਦਬਾਉਣ ਦੀ ਹਰ ਇੱਕ ਕੋਸ਼ਿਸ਼ ਹੈ ਜਿਹੜੀ ਕਰ ਰਹੇ ਨੇ। ਪਰ ਜਿੰਨਾ ਮਰਜ਼ੀ